ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਜਥਾ ਸਿਰਲਤ ਖਾਲਸਾ ਜੀ ਅੰਮ੍ਰਿਤਸਰ ਸਾਹਿਬ। ਆਪ ਸਮੂਹ ਸੰਗਤਾਂ ਜਾਣਦੇ ਹੋ ਕਿ ਲੰਮੇ ਸਮੇਂ ਤੋਂ ਕੁਝ ਪ੍ਰਚਾਰਕਾਂ ਦੇ ਵੱਲੋਂ ਜਿਹੜਾ ਵਾ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ, ਜਿਹਦੇ ਵਿੱਚ ਇੱਕ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕਿ ਪਰਮੇਸ਼ਰ ਦੁਆਰ ਨਾਂ ਦਾ ਇੱਕ ਡੇਰਾ ਬਣਾ ਕੇ ਲੰਮੇ ਸਮੇਂ ਤੋਂ ਉੱਥੇ ਆਪਣਾ ਡੇਰਾ ਚਲਾ ਰਿਹਾ, ਜਿਹਦੇ ਵੱਲੋਂ ਹੁਣ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਮੈਨੂੰ ਹੁਣ ਸੋਝੀ ਆ ਗਈ ਹੈ ਅਤੇ ਮੈਂ ਸੱਚ ਦਾ ਪ੍ਰਚਾਰ ਕਰ ਰਿਹਾ। ਪਰ ਕਿਤੇ ਨਾ ਕਿਤੇ ਉਹ ਸੱਚ ਦੇ ਪ੍ਰਚਾਰ ਦੀ ਆੜ ਹੇਠ ਪੰਥ ਦੇ ਵਿੱਚ ਟਕਰਾਅ ਪੈਦਾ ਕਰ ਰਿਹਾ। ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਸਿਧਾਂਤਾਂ ਦੇ ਉੱਤੇ, ਗੁਰਮਰਿਆਦਾ ਦੇ ਉੱਤੇ, ਗੁਰਅਸਥਾਨਾਂ ਦੇ ਉੱਤੇ ਕਿੰਤੂ ਕਰ ਰਿਹਾ। ਉਹਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਕਹਿਣਾ ਕਿ ਅਕਾਲ ਤਖਤ ਸਾਹਿਬ ਦੀ ਕੋਈ ਮਹੱਤਤਾ ਨਹੀਂ ਹੈਗੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਬਿਲਡਿੰਗ ਕਹਿਣਾ, ਸਰੋਵਰ ਨੂੰ ਉਹਦੇ ਵੱਲੋਂ ਪਾਣੀ ਦਾ ਰੂਪ ਜਿਹੜਾ ਦਰਜਾ ਦੇਣਾ ਅਤੇ ਗੁਰੂ ਸਾਹਿਬਾਨਾਂ ਦੀਆਂ ਕੀਤੀਆਂ ਖੇਡਾਂ ਦੇ ਉੱਤੇ ਕਿੰਤੂ ਕਰਨਾ, ਇਹ ਦਰਸਾਉਂਦਾ ਕਿ ਉਹ ਪੰਥ ਦੇ ਵਿੱਚ ਇੱਕ ਭਰਾ ਮਾਰੂ ਜੰਗ ਜਿਹੜੀ ਆ ਉਹ ਪਾਉਣਾ ਚਾਹੁੰਦਾ, ਕਰਨਾ ਚਾਹੁੰਦਾ। ਕਿਉਂਕਿ ਕੋਈ ਵੀ ਜਿਹੜਾ ਗੁਰੂ ਦਾ ਸਿੱਖ ਆ, ਜਿਹੜਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਆ, ਉਹਨੇ ਇਹ ਗੱਲਾਂ ਕਦੀ ਵੀ ਜਰਨੀਆਂ ਨਹੀਂ, ਅਤੇ ਉਹ ਜਾਣਦਾ। ਇਸ ਕਰਕੇ ਕਿਤੇ ਨਾ ਕਿਤੇ ਉਹ ਕਿਸੇ ਕਹਿ ਸਕਦੇ ਹਾਂ ਪੰਥ ਨੂੰ ਦੀ ਤਾਕਤਾਂ ਦੇ ਹੱਥ ਚੜ੍ਹ ਕੇ ਜਾਂ ਆਪਣੀ ਈਗੋ ਨੂੰ ਪੱਠੇ ਪਾਉਣ ਦੇ ਲਈ, ਕਿਉਂਕਿ ਕਿਸੇ ਨਾ ਕਿਸੇ ਉਹਦੇ ਮਤਭੇਦ ਕੋਈ ਜਥੇਬੰਦੀਆਂ ਸੰਪਰਦਾਵਾਂ ਨਾਲ ਹੋ ਸਕਦੇ ਨੇ, ਪਰ ਉਹਦੀ ਯਾਰ ਦੇ ਵਿੱਚ ਜਿਹੜਾ ਇਹ ਕੰਮ ਕਰ ਰਿਹਾ ਉਹ ਬੜਾ ਮੰਦ ਭਾਗਾ। ਅੱਜ ਜਥਾ ਸਿਰਲਤ ਖਾਲਸਾ ਦੇ ਸਮੂਹ ਸਿੰਘਾਂ ਦੇ ਵੱਲੋਂ ਇੱਕ ਜਿਹੜੀ ਮੀਟਿੰਗ ਕੀਤੀ ਗਈ ਆ, ਅਤੇ ਮੀਟਿੰਗ ਦੇ ਵਿੱਚ ਇਹ ਅਸੀਂ ਮਤਾ ਪਾਸ ਕੀਤਾ ਵਾ ਕਿ ਅਸੀਂ ਹਰ ਉਸ ਬੰਦੇ ਦਾ ਜਿਹੜਾ ਵੀ ਪੰਥ ਗੁਰੂ ਗ੍ਰੰਥ ਦੇ ਉੱਤੇ ਕਿੰਤੂ ਕਰੂਗਾ ਤਾਂ ਵਿਰੋਧ ਕਰਾਂਗੇ, ਬਸਰਤੇ ਉਹ ਭਾਵੇਂ ਰਣਜੀਤ ਸਿੰਘ ਢੱਡਰੀਆਂ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ। ਸੋ ਅਸੀਂ ਅੱਜ ਨਾਲ ਹੀ ਅਪੀਲ ਸੰਗਤ ਨੂੰ ਵੀ ਕਰਨਾ ਚਾਹੁੰਦੇ ਹਾਂ, ਸਮੂਹ ਸਾਡੀਆਂ ਜਥੇਬੰਦੀਆਂ, ਸਾਡੀਆਂ ਸਰਮੌਰ ਜਿਹੜੇ ਆਗੂ ਸਾਹਿਬਾਨ ਨੇ, ਕਿ ਸਾਨੂੰ ਸਾਰਿਆਂ ਨੂੰ ਹੁਣ ਬੋਲਣਾ ਪੈਣਾ। ਜੇ ਅਸੀਂ ਅੱਜ ਨਹੀਂ ਬੋਲਦੇ ਤਾਂ ਕੱਲ੍ਹ ਨੂੰ ਫਿਰ ਬਾਅਦ ਦੇ ਵਿੱਚ ਪਛਤਾਉਣਾ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਹੁਣ ਤਾਂ ਫਿਰ ਅਸੀਂ ਲਕੀਰ ਪਿੱਟਾਂਗੇ ਜੋ ਸੱਪ ਲੰਘ ਜੂਗਾ, ਅਤੇ ਹੁਣ ਜਿਹੜਾ ਸੱਪ ਉਹ ਮਾਰ ਦੇਣਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਵਧੀਆ ਰਹੂਗਾ। ਜੇ ਅਸੀਂ ਅੱਜ ਇਹਦਾ ਵਿਰੋਧ ਕਰਕੇ ਇਹਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਇਹਦਾ ਕੋਈ ਹੱਲ ਪੱਕਾ ਨਹੀਂ ਕਰਦੇ, ਜਿਉਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਜਾਰੀ ਕਰਾ ਕੇ, ਜੋ ਸਾਡੀ ਮਰਿਆਦਾ, ਜੋ ਸਾਡੇ ਸਿਧਾਂਤ ਨੇ, ਅਸੀਂ ਕੋਈ ਸਲਾਹ ਨਹੀਂ ਦੇ ਰਹੇ, ਪਰ ਕਿਤੇ ਨਾ ਕਿਤੇ ਹੁਣ ਸਾਨੂੰ ਠੋਸ ਜਿਹੜਾ ਵਾ ਉਹ ਫੈਸਲਾ ਲੈਣਾ ਪੈਣਾ। ਸੋ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ, ਜਿਹਦੇ ਵਿੱਚ ਜਥਾ ਸਿਰਲਤ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਨੇ, ਬਾਕੀ ਸਾਰੇ ਆਗੂ ਨੇ, ਭਾਈ ਸਾਹਿਬ ਵੀ ਤੜੀ 2 ਮਿੰਟ ਆ ਉਹ ਸੰਗਤ ਦੇ ਨਾਲ ਵਿਚਾਰ ਜਿਹੜੀ ਸਾਂਝੀ ਕਰਨਗੇ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਪਰਮਜੀਤ ਸਿੰਘ ਅਕਾਲੀ ਸਾਰੀ ਗੱਲ ਦੱਸ ਹੀ ਚੁੱਕੇ ਨੇ ਕਿ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਕਿ ਕੌਮ ਪ੍ਰਤੀ ਜੋ ਵੀ ਦਰਦ ਜਿਹੜਾ ਇਹ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਦਿੱਤਾ, ਅਤੇ ਉਹ ਕੌਮ ਸਾਰੀ ਨੂੰ ਅਪੀਲ ਆ, ਸਾਰੀ ਸਿੱਖ ਸੰਗਤ ਨੂੰ ਅਪੀਲ ਆ ਕਿ ਇਸ ਬੰਦੇ ਨਾਲ ਤੁਸੀਂ ਸੁਣਦੇ ਵੀ ਹੋ ਦੀਵਾਨ 'ਤੇ, ਇਹਨਾਂ ਨੂੰ ਸਵਾਲਤ ਕਰੋ ਜਾ ਕੇ, ਜਿਹੜਾ ਬੰਦਾ ਇਹਦੇ ਨਾਲ ਬਹਿ ਸਕਦਾ ਉਹ ਸਵਾਲ ਕਰੋ ਇਹਨਾਂ ਨਾਲ ਵੀ ਆਹ ਜਿਹੜੀ ਗੱਲ ਆ ਕਰਿੰਤੂ ਪ੍ਰਿੰਤੂ ਤੂੰ ਗੁਰੂ ਸਾਹਿਬ 'ਤੇ ਕਰ ਰਿਹਾ ਜਾਂ ਗ੍ਰੰਥ 'ਤੇ ਪੰਥ 'ਤੇ ਕਰ ਰਿਹਾ, ਤੂੰ ਇਹ ਕਿਉਂ ਕਰ ਰਿਹਾ, ਕੀ ਤੂੰ ਇਹਦਾ ਦਿੱਤਾ ਨਹੀਂ ਖਾਧਾ ਅੱਜ ਤੱਕ, ਕੌਮ ਦਾ ਦਿੱਤਾ ਨਹੀਂ ਖਾਧਾ, ਤੂੰ ਤਾਂ ਉਹ ਗੁਰਦਾਸ ਮਾਨ ਵਾਲੀ ਗੱਲ ਕਰਤੀ ਕਿ ਸਾਰੀ ਉਮਰ ਕੌਮ ਦਾ ਖਾਧਾ, ਕੌਮ ਦਾ ਗੋਇਆ, ਕੌਮ ਦੀ ਗੱਲ ਕੀਤੀ, ਅਤੇ ਅੱਜ ਤੂੰ ਥੋੜ੍ਹਾ ਜਿਹਾ ਉੱਚਾ ਹੋ ਗਿਆ ਅਤੇ ਅੱਜ ਕੌਮ ਭੁੱਲ ਗਈ ਤੈਨੂੰ, ਪਰ ਇਹ ਗੱਲ ਅਸੀਂ ਤੈਨੂੰ ਕੋਈ ਧਮਕੀ ਨਹੀਂ ਦਿੰਦੇ, ਅਸੀਂ ਤੈਨੂੰ ਸੁਝਾਅ ਦੇ ਰਹੇ ਹਾਂ ਕਿ ਕੋਈ ਖੁਫੀਆ ਏਜੰਸੀ ਜਾਂ ਖੁਫੀਆ ਬੰਦੇ ਤੁਹਾਡੇ ਵੱਡਿਆਂ ਵੱਡਿਆਂ ਦਾੜਿਆਂ ਵਾਲੇ ਤੁਹਾਡੇ ਨਾਲ ਜਿਹੜੇ ਆ ਰਜਿਸਟਰ ਕੀਤੇ ਗਏ ਆ, ਉਹ ਤੁਹਾਨੂੰ ਜਿਹੜਾ ਬੁਲਾ ਰਹੇ ਨੇ, ਕਿਉਂਕਿ ਪਹਿਲਾਂ ਨਹੀਂ ਸੀ ਤੁਸੀਂ ਬੋਲਦੇ, ਕਿਉਂਕਿ ਜਿਉਂ ਬਾਅਦ ਦੇ ਵਿੱਚ ਜੋ ਸਬੀਲ ਤੋਂ ਗੱਲ ਚੱਲੀ ਉਹ ਤੋਂ ਬਾਅਦ ਦੇ ਵਿੱਚ ਤੁਹਾਡਾ ਵਿਵਾਦ ਵਧਿਆ, ਤੁਸੀਂ ਸੰਤਾਂ ਦੇ ਵੀ ਖਿਲਾਫ਼ ਜਾਂ ਕਈ ਸੰਪਰਦਾ ਦੇ ਖਿਲਾਫ਼ ਬੋਲੇ, ਪਰ ਇੱਦਾਂ ਇਹ ਜਿਹੜੀਆਂ ਗੱਲਾਂ ਵਾ ਇਹ ਆਪਾਂ ਨੂੰ ਸ਼ੋਭਦੀਆਂ ਨਹੀਂ ਕੌਮ ਨੂੰ, ਕਿਉਂਕਿ ਆਪਣਿਆਂ 'ਤੇ ਕਰਿੰਤੂ ਪਰਿੰਤੂ ਨਹੀਂ ਕਰੀਦਾ ਹੁੰਦਾ ਅਤੇ ਆਪਣੇ ਗ੍ਰੰਥ ਪੰਥ 'ਤੇ ਕਰਿੰਤੂ ਪਰਿੰਤੂ ਨਹੀਂ ਕਰੀਦਾ ਹੁੰਦਾ। ਅੱਜ ਤੋਂ ਅਗਾਂਹ ਜੇ ਦੀਵਾਨ ਤੁਸੀਂ ਲਾਉਣਾ ਵਾ ਅਤੇ ਤੁਸੀਂ ਕੌਮ ਨੂੰ ਜਵਾਬ ਦਿਓ ਪਹਿਲਾਂ ਅਤੇ ਫਿਰ ਦੀਵਾਨ ਵੱਲ ਹੋਇਓ,
ਕਿਉਂਕਿ ਨਹੀਂ ਤਾਂ ਇਹ ਜਿਹੜਾ ਵਿਰੋਧ ਹੈ ਤੁਹਾਡਾ ਸਾਰੀ ਸਿੱਖ ਸੰਗਤ ਜਿਹੜੀ ਹੈ ਕਰਨਾ ਚਾਲੂ ਕਰ ਦੂਗੀ ਤਾਂ ਕਰਦੀ ਆ, ਅਤੇ ਜਥੇਬੰਦੀਆਂ ਵੀ ਕਰਦੀਆਂ ਰਹਿਣਗੀਆਂ, ਅਤੇ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਆ। ਜੇ ਕਹਿੰਦੇ ਹੁੰਦੇ ਸਿਆਣੇ ਵੀ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਤਾਂ ਉੱਚਾ ਹੋ ਕੇ ਮਾਨ ਨਾ ਕਰੀ, ਵੀ ਜਿਹੜਾ ਫਲ ਆ ਨਾ ਫਲ ਨਿਉਂਏ ਬੰਦੇ ਨੂੰ ਹੀ ਲੱਗਦਾ, ਨਿਉਂ ਜਿਹੜਾ ਰੁੱਖ ਜਿਹੜਾ ਫਲ ਨਾਲ ਨਿਉਇਆ ਹੁੰਦਾ ਨਾ ਉਹਨੂੰ ਹੀ ਫਲ ਲੱਗਦਾ ਵਾ, ਜਿਹੜਾ ਸ਼ਿਮਲਾ ਵਾਂਗੂ ਹੈ ਉੱਚਾ ਚੱਲ ਜਾਂਦਾ ਵਾ ਉਹਨੂੰ ਫਲ ਨਹੀਂ ਕੋਈ ਵੀ ਲੱਗਦਾ, ਉਹ ਜਿਹੜਾ ਵਾ ਬੇਕਾਰ ਹੀ ਰੁੱਖ ਹੁੰਦਾ ਵਾ, ਨਾ ਕਿ ਲੱਕੜ ਦੇ ਕੰਮ ਆਉਂਦਾ, ਨਾ ਕਿ ਫਲ ਦੇ ਕੰਮ ਆਉਂਦਾ। ਇਹ ਕਰਕੇ ਤੁਹਾਨੂੰ ਇੱਕ ਅਪੀਲ ਆ ਸਾਰੀ ਸਿੱਖ ਸੰਗਤ ਨੂੰ ਜਿਹੜੀ ਨਾਲ ਵੀ ਇਹਦੇ ਜੁੜੀ ਆ, ਕਿ ਇਸ ਵੀਰ ਨੂੰ ਤੁਸੀਂ ਸਾਰੇ ਜਾਣੇ ਨਾਲ ਸਮਝਾ ਕੇ ਅਤੇ ਇਹਨੂੰ ਵਿਚਾਰ ਜਿਹੜਾ ਇਹ ਕਰਕੇ ਜਿਹੜਾ ਮਤ ਭੇਵ ਜਿਹੜਾ ਸੰਗਤ ਦੇ ਵਿੱਚ ਬਣਾ ਰਿਹਾ ਵਾ, ਕੌਮ ਦਾ ਟਕਰਾਅ ਕਰਾਉਣ ਦੇ ਜਿਹੜਾ ਅਖੀਰ ਤੱਕ ਇਹਨੇ ਪਹੁੰਚਾਤਾ ਕੰਮ, ਉਹ ਜਿਹੜਾ ਕੰਮ ਹੈ ਜਿਹੜਾ ਆਪਾਂ ਸਾਰੀ ਕੌਮ ਰਲ ਕੇ ਬਹਿ ਕੇ ਸਾਰੀਆਂ ਸਿੱਖ ਜਥੇਬੰਦੀਆਂ ਬਹਿ ਕੇ ਸਾਡੇ ਆਗੂ ਸਤਿਕਾਰਯੋਗ ਬਹਿਣ ਅਤੇ ਇਹਨਾਂ ਨਾਲ ਜਿਹੜਾ ਵਿਚਾਰ ਕਰਕੇ ਅਤੇ ਇਹ ਜਿਹੜਾ ਮੁੱਦਾ ਆਪਾਂ ਇੱਥੇ ਖਤਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਢੰਡੀਆਂ ਵਾਲਾ ਕਹਿ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਤੁਹਾਡਾ, ਚਲੋ ਗੁਰੂ ਸਾਹਿਬ ਹੈਗਾ ਹੀ ਸਾਡਾ ਵਾ। ਦੂਜੀ ਗੱਲ ਕਿ ਜੇ ਸਾਡਾ ਅਕਾਲ ਤਖ਼ਤ ਸਾਹਿਬ ਆ ਤਾਂ ਫਿਰ ਤੂੰ ਸਾਡੇ ਅਕਾਲ ਤਖ਼ਤ ਸਾਹਿਬ 'ਤੇ ਕਿੰਤੂ ਪਰੰਤੂ ਗੱਲ ਕਿਉਂ ਕਰਨਿਆ ਵਾ? ਜੇ ਕੋਈ ਸਿੰਘ ਕੋਈ ਗੱਲ ਕਰਦਾ ਵਾ, ਕੋਈ ਵੀਡੀਓ ਪਾਉਂਦਾ ਵਾ, ਤੂੰ ਝੱਟ ਦੇਣੀ ਉਸੇ ਟਾਈਮ ਵੀਡੀਓ ਪਾ ਦੇਣਾ ਵਾ ਕਿ ਆ ਜੀ ਆ ਮੈਨੂੰ ਕੁਛ ਕਹਿ ਰਿਹਾ, ਆ ਮੈਨੂੰ ਆਹ ਕੁਝ ਕਹਿ ਰਿਹਾ। ਅਤੇ ਜੇ ਤੈਨੂੰ ਆਪਣਾ ਦਰਦ ਹੋ ਰਿਹਾ ਵਾ ਤਾਂ ਤੂੰ ਅਕਾਲ ਤਖ਼ਤ ਸਾਹਿਬ ਬਾਰੇ ਦੇਣੀਆਂ ਗੱਲ, ਸਾਨੂੰ ਨਾ ਦਰਦ ਹੋਵੇ। ਇੱਕ ਆ ਕੇ ਤੂੰ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਲ ਬਾਰੇ ਗੱਲ ਕੀਤੀ ਆ ਕਿ ਤੂੰ ਵੇਖਿਆ ਢੰਡਰੀਆਂ ਵਾਲੇ ਨੂੰ, ਇਹਨਾਂ ਨੇ ਵੀ ਰਣਜੀਤ ਸਿੰਘ ਤੂੰ ਨਾਲ ਨਾਲ ਸਿੰਘ ਦਾ ਨਾਂ ਲਿਖਾਇਆ ਵਾ, ਇਹ ਮੈਨੂੰ ਗੱਲ ਦੱਸ ਕੋਈ ਸਿੰਘ ਕਹਿੰਦੇ ਕਿਹਨੂੰ ਆ? ਇਹ ਕਰਕੇ ਤੂੰ ਆਪ ਨੂੰ ਤੈਨੂੰ ਸੋਝੀ ਨੂੰ ਤੂੰ ਗਾੜੀ ਸੰਗਤ ਨੂੰ ਸੋਝੀ ਕੀ ਦੇਣ ਡਿਆ ਵਾ? ਅਤੇ ਮੈਂ ਤਾਂ ਇਹ ਵੀ ਗੱਲ ਕਹਿੰਦਾ ਜਿਹੜੀ ਮੂਰਖ ਆ ਸੰਗਤ ਜਿਹੜੀ ਇਹਦੇ ਸਾਹਮਣੇ ਬਹਿ ਕੇ ਤਾਂ ਹੱਸੀ ਜਾਂਦੀ ਆ। ਦੀਵਾਨ ਜਿੰਨੇ ਵੀ ਤੇਰੇ ਅੱਜ ਤੱਕ ਦੇਖੇ ਆ ਨਾ, ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਦੇ ਵਿੱਚੋਂ ਕੋਈ ਤੁੱਕਾ ਨਹੀਂ ਤੂੰ ਅੱਜ ਕੱਢ ਕੇ ਦਿਖਾਈਆਂ। ਤੂੰ ਕਦੀ ਦੱਸ ਦਿੰਦਾ ਫਲਾਣੀ ਜਗ੍ਹਾ 'ਤੇ ਮੈਂ ਇੱਥੇ ਆਹ ਹੋਇਆ, ਢੀਂਡੀ ਗਦਾ 'ਤੇ ਆਹ ਹੋਇਆ। ਮੂਰਖ ਸੰਗਤ ਉਹ ਆ ਜਿਹੜੀ ਤੇਰੀ ਗਾੜੀ ਬੀਠੀ ਆ, ਅਤੇ ਉਹ ਤੋਂ ਵੱਡਾ ਮੂਰਖ ਤੂੰ ਆ ਜਿਹੜਾ ਦੇਣਿਆ ਵਾ। ਇਹ ਕਰਕੇ ਮੇਰਾ ਵੀਰ ਗੱਲ ਆ ਕਿ ਜੋ ਵੀ ਵੇਖੋ ਦੀਵਾਨ ਦਾ ਮਤਲਬ ਹੁੰਦਾ ਕਿ ਸੰਗਤ ਨੂੰ ਸੋਝੀ ਪਾਉਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚੋਂ ਤੁੱਕਾ ਵਿੱਚ ਆ ਕੇ ਸੰਗਤ ਨੂੰ ਸੋਝੀ ਹੋਵੇ ਕਿ ਮਹਾਰਾਜ ਕੀ ਕਹਿੰਦੇ ਨੇ। ਤੂੰ ਤਾਂ ਸੰਗਤ ਨੂੰ ਅੱਜ ਤੱਕ ਜਿੰਨੇ ਵੀ ਤੇਰੇ ਦੀਵਾਨ ਦੇਖੇ ਨੇ ਕੋਈ ਤੂੰ ਸੋਝੀ ਅੱਜ ਤੱਕ ਨਹੀਂ ਪਾਈ, ਠੀਕ ਹੈ? ਚੁਟਕਲੇ ਸੁਣਾਉਂਦਾ ਰਹਿੰਦਾ ਵਾ, ਕਦੀ ਤੂੰ ਗੱਲਾਂ ਸੁਣਾਉਂਦਾ ਰਹਿੰਦਾ, ਮੈਂ ਜੀ ਇੱਥੇ ਗਿਆ, ਮੈਂ ਜੀ ਉੱਥੇ ਗਿਆ। ਇੱਕ ਅੱਗੇ ਬੰਦਾ ਬਾਂਝਾ ਮਤਲਬ ਕਿ ਮੁੜਕੇ ਫਿਰਿਆ ਕਿ ਸਾਰੇ ਸਿੰਘ ਜਿੰਨੇ ਵੀ ਆਪਣੇ ਆ ਸਿੰਘ ਇਕੱਠੇ ਹੋ ਗਏ ਨਾ, ਅਤੇ ਮੁੜਕੇ ਬੰਦਾ ਤੂੰ ਵੇਖੀ ਕਿਰਾ ਤੇਰਾ ਬੰਦਾ। ਇਹ ਕਹਿ ਕੇ ਇੰਨੀਆਂ ਕੇ ਭਜਨ ਕਰਦਾ, ਵਾਹਿਗੁਰੂ ਜੀ ਕਾ ਖਾਲਸਾ।